दिवाली के मौके पटाखे चलाने की वजह तो कितना प्रदूषण होता है, इसका अंदाजा असीं लगा सकते हैं। इस वक्त असीं मोहाली फेज 10 दे विच हां ते इत्थे दिखावांगे तुहानूं कि पटाखे जिहड़े रात नूं चलाए गए ने ते किन्ने ज़्यादा पटाखे ने, लखां करोड़ां रुपए के पटाखे चलाए जाते हैं मोहाली 10 फेज दे विच। तुसीं देख सकते हो कि दिवाली की जिहड़ी सैलीब्रेशनस ने उस दे विच किस तरीके नाल पटाखे जिहड़े ने लखां रुपए के चलाए गए ने, ते असीं अंदाजा लगा सकते हैं इन्हां पटाखों की वजह तो किन्ना प्रदूषण जिहड़ा है वह दिवाली की रात नूं होंदा है। ये कमोवेश यही स्थिति जिहड़ी है हर गली च है, हर गली मोहल्ले दे विच है जिथे पटाखे जिहड़े ने खूब फोड़े गए ने। हालांकि पटाखे जिहड़े ने लगातार अपील की जाती है लोगों नूं भी, सरकार वालों भी, ऑर्गेनाइजेशनस वालों भी, वलंटियर ऑर्गेनाइजेशनस वालों भी कि पटाखे जिहड़े ने घट चलाए जाण, ग्रीन पटाखे चलाए जाण जिस दी वजह तो पोल्यूशन जिहड़ा है घट होए। बट फिर भी उसके बावजूद भी पटाखे जिहड़े ने लगातार चलाए जाते हैं तो लखां रुपए के पटाखे जिहड़े ने, करोड़ों रुपए के पटाखे चलाए जाते हैं। तो अंदाजा असीं इस गली दे विच फेज 10 दे विच लगा सकते हैं कि किस तरीके नाल पटाखे जिहड़े ने दिवाली वाली रात नूं चलाए गए ने ते इन्हां दी वजह तो किन्ना पोल्यूशन होया होएगा। तो जे एयर क्वालिटी इंडैक्स की गल करिए तो पिछले कल दिवाली वाले दिन 4 बजे जिथे एयर क्वालिटी इंडैक्स 130 सीगा ते हुण सवेरे दिवाली तो अगले दिन एयर क्वालिटी इंडैक्स 170 है। तो दिवाली वाली रात जिहड़ी है जदों पीक ते जदों पटाखे चलाए जाते हैं उदों असीं अंदाजा लगा सकते हैं कि उस वक्त एयर क्वालिटी इंडैक्स जो है किन्ना पीक ते रहा होएगा, जो एक मापदंड है हवा की शुद्धि जिहड़ा है किन्ना हवा जिहड़ी है प्योर है उसनों मापण दा जिहड़ा एयर क्वालिटी इंडैक्स जिहड़ा है। तो फिलहाल असीं अंदाजा लगा सकते हैं कि किस तरीके नाल प्रदूषण जिहड़ा है इन्हां पटाखियां दी वजह तो ਹੁੰਦਾ ਹੈ। ਅਤੇ ਲੋਕਾਂ ਨੂੰ ਜਿਹੜਾ ਖਾਸਕਰ ਜਿਹੜੇ ਪੇਸ਼ੈਂਟਸ ਨੇ ਜਿਹੜੇ ਜਿਨ੍ਹਾਂ ਨੂੰ ਸਾਹ ਲੈਣ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਕਿੰਨੀ ਦਿੱਕਤ ਜਿਹੜੀ ਹੈ ਇਸ ਦੀ ਵਜ੍ਹਾ ਤੋਂ ਆਉਂਦੀ ਹੈ। ਬਹਰਹਾਲ ਤਮਾਮ ਅਪੀਲ ਦੇ ਬਾਵਜੂਦ ਜਿਹੜੀ ਹੈ ਔਰਗਨਾਈਜੇਸ਼ਨਸ ਦੀ, ਸਰਕਾਰ ਦੀ ਕਿ ਪਟਾਕੇ ਜਿਹੜੇ ਨਾ ਚਲਾਏ ਜਾਣ, ਬਟ ਪਟਾਕੇ ਬਣਦੇ ਵੀ ਨੇ ਅਤੇ ਪਟਾਕੇ ਵਿਕਦੇ ਵੀ ਨੇ ਅਤੇ ਲੋਕ ਚਲਾਉਂਦੇ ਵੀ ਨੇ। ਲੁਧਿਆਣਾ ਸ਼ਹਿਰ ਦੀ ਇੱਕ ਤਸਵੀਰ ਦਿਖਾਵਾਂਗੇ ਕਿ ਜਿਹੜੇ ਬੀਤੀ ਰਾਤ ਪਟਾਕੇ ਚੱਲੇ ਨੇ ਉਹਨਾਂ ਪਟਾਕਿਆਂ ਦੀਆਂ ਤਸਵੀਰਾਂ ਨੇ ਜਿੱਥੇ ਸਾਫ਼ ਸਫਾਈ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਪਰ ਗੱਲ ਕੀਤੀ ਜਾਵੇ ਏਅਰ ਪੋਲਿਊਸ਼ਨ ਦੀ ਤਾਂ ਏਅਰ ਪੋਲਿਊਸ਼ਨ ਕੱਲ੍ਹ ਦਾ ਅਗਰ ਅਸੀਂ ਰਿਕਾਰਡ ਦੀ ਗੱਲ ਕਰੀਏ ਤਾਂ ਕੱਲ੍ਹ ਦੇ ਰਿਕਾਰਡ ਦੇ ਮੁਤਾਬਿਕ 188 AQ ਜਿਹੜਾ ਦੱਸਿਆ ਗਿਆ ਹੈ ਕਿ ਇਸਦਾ ਗ੍ਰਾਫ ਸੀਗਾ। ਔਰ ਇਹ ਤਸਵੀਰ ਵੀ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਦਈਏ, ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜਿਹੜੀ ਆ ਸਕਰੀਨਸ਼ੋਟ ਦੀ ਤਸਵੀਰ ਹੈ ਔਰ ਇਸ ਦੇ ਵਿੱਚ 188 AQI ਜਿਹੜਾ ਦਰਸਾਇਆ ਗਿਆ। ਔਰ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਅੱਜ ਦੀ ਤਾਂ ਅੱਜ ਦੇ ਜਿਹੜੇ ਲੇਟੈਸਟ ਆਂਕੜੇ ਹੈਗੇ ਆ ਉਹ ਕੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ, ਕਿਉਂਕਿ ਜਿਸ ਤਰੀਕੇ ਦੇ ਨਾਲ ਏਅਰ ਪੋਲਿਊਸ਼ਨ ਦੀ ਗੱਲ ਆਉਂਦੀ ਹੈ ਕਿ ਗ੍ਰੀਨ ਦੀਵਾਲੀ ਮਨਾਈ ਜਾਵੇ, ਪਰ ਗ੍ਰੀਨ ਦੀਵਾਲੀ ਕਿੰਨੇ ਲੋਕਾਂ ਨੇ ਮਨਾਈ ਹੈ ਔਰ ਏਅਰ ਪੋਲਿਊਸ਼ਨ ਕਿੰਨਾ ਅੱਪ ਹੋਇਆ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ। ਔਰ ਇਹ ਤਸਵੀਰ ਜਿਹੜੀ ਦੂਸਰੀ ਤੁਸੀਂ ਦੇਖ ਸਕਦੇ ਹੋ ਕਿ ਟੁਡੇ ਦੀ ਜਿਹੜੀ ਏਅਰ ਕੁਆਲਿਟੀ ਹੈਗੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ 265 AQI। ਕਹਿਣ ਦਾ ਮਤਲਬ ਹੈਗਾ ਕਿ 188 ਤੋਂ 265 ਕਿਤੇ ਨਾ ਕਿਤੇ ਏਅਰ ਪੋਲਿਊਸ਼ਨ ਵਧਿਆ ਜ਼ਰੂਰ ਹੈ। ਗ੍ਰੀਨ ਦੀਵਾਲੀ ਤਾਂ ਨਜ਼ਰ ਹੀ ਆਉਂਦੀ ਹੈ, ਕਹਿਣ ਦੀਆਂ ਗੱਲਾਂ ਨੇ ਵੀ ਗ੍ਰੀਨ ਦੀਵਾਲੀ ਮਨਾਓ, ਜਦ ਕਿ ਨਿਊਜ਼ 'ਚ ਵੀ ਆਇਆ ਸੀਗਾ ਵੀ ਜੇ ਅਗਰ ਲੋਕ ਪਟਾਕੇ ਚਲਾਉਣ ਦਾ ਕੋਈ ਟਾਈਮਿੰਗ ਦਿੱਤੀ ਸੀਗੀ ਪਰ ਰਾਤੀ 1:30 ਵਜੇ ਤੱਕ ਪਟਾਕੇ ਚੱਲੇ ਨੇ, ਹੋਰ ਬਹੁਤ ਪੋਲਿਊਸ਼ਨ ਫੈਲਿਆ ਹੈ, ਜਿਵੇਂ FIR ਦਰਜ ਹੋਏਗੀ ਫਲਾਣਾ ਹੋਏਗਾ ਅਤੇ ਕਿਤੇ ਕਿਤੇ ਜਾ ਕੇ ਮਤਲਬ ਕਿ ਪ੍ਰਸ਼ਾਸਨ ਮਤਲਬ ਕਿ ਉਹ ਕਰ ਸਕਦਾ ਹੈ, ਮਤਲਬ ਪੈਰੇ ਲਾ ਸਕਦਾ ਹੈ ਵੀ ਲੋਕਾਂ ਨੂੰ ਫੜੀਏ, ਇਹ ਸਭ ਕਹਿਣ ਦੀਆਂ ਗੱਲਾਂ ਹੀ ਹਨ। ਪਰ ਜਿਹੜਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਕਿ ਰਾਤ 10:30 ਵਜੇ ਤੱਕ ਪਟਾਕੇ ਚਲਾਏ ਜਾਣ, ਰਾਤ ਦੇਖਿਆ ਤੁਸੀਂ ਵੀ ਕਿ ਕਿੰਨੇ ਕੁ ਵਜੇ ਤੱਕ ਪਟਾਕੇ ਚੱਲੇ? ਰਾਤ ਨੂੰ 10:30 ਦੀ ਬਜਾਏ ਰਾਤੀ 1:30 ਵਜੇ ਤੱਕ ਪਟਾਕੇ ਚੱਲਦੇ ਰਹੇ ਹਨ ਔਰ ਪ੍ਰਦੂਸ਼ਣ ਬਹੁਤ ਫੈਲਿਆ ਹੈ ਔਰ ਗਾ ਮਤਲਬ ਕਿ ਸੜਕਾਂ 'ਤੇ ਬਹੁਤ ਪਟਾਕਿਆਂ ਦਾ ਖਦੇੜਾ ਵੀ ਪਿਆ ਹੈ ਅਤੇ ਪਤਾ ਲੱਗਦਾ ਵੀ ਕਾਫੀ ਪਟਾਕਾ ਚੱਲਿਆ ਹੈ। ਮਤਲਬ ਲੋਕਾਂ ਨੇ ਅਵੋਇਡ ਨਹੀਂ ਕੀਤਾ? ਨਾ, ਨਹੀਂ, ਬਿਲਕੁਲ ਨਹੀਂ ਕੀਤਾ। ਇਹ ਸਭ ਕਹਿਣ ਦੀਆਂ ਗੱਲਾਂ ਨੇ ਗ੍ਰੀਨ ਦੀਵਾਲੀ ਮਨਾਓ, ਗ੍ਰੀਨ ਦੀਵਾਲੀ ਕੋਈ ਨਹੀਂ ਮਨਾਉਂਦਾ, ਇਹ ਸਭ ਮਤਲਬ ਕਿ ਇੰਨਾ ਪੈਸਾ ਖਰਾਬ ਕੀਤਾ ਲੋਕਾਂ ਨੇ ਔਰ ਪਟਾਕਾ ਬਹੁਤ ਚੱਲਿਆ ਹੈ, ਪੋਲਿਊਸ਼ਨ ਬਹੁਤ ਫੈਲਿਆ ਹੈ। ਇੱਕ ਦਿਨ ਤਾਂ ਵੀਰੇ ਦੀਵਾਲੀ ਹੁੰਦੀ ਹੈ ਯਾਰ, ਠੀਕ ਹੈ ਕਿ ਨਹੀਂ? ਇੱਕ ਦਿਨ ਨਹੀਂ ਹੁਣ ਜੇ ਮਨਾਉਣਗੇ ਫਿਰ ਕੀ ਕਰਨਗੇ ਲੋਕ? ਆ ਹੋਰ ਕਿੰਨਾ ਪੋਲਿਊਸ਼ਨ ਆ, ਗੱਡੀਆਂ 'ਤੇ ਇੰਨਾ ਪੋਲਿਊਸ਼ਨ ਆ, ਫੈਕਟਰੀਆਂ ਚੱਲਦੀਆਂ, ਫੈਕਟਰੀਆਂ ਬੰਦ ਕਰਵਾ ਦਿਉ, ਕੋਈ ਬਹੁਤੀ ਖਾਸ ਗੱਲ ਨਹੀਂ। ਇੱਕ ਦਿਨ ਤਾਂ ਦੀਵਾਲੀ ਲੋਕਾਂ ਨੇ ਮਨਾਉਣੀ ਹੋਈ ਆ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਲੱਗਦਾ ਤੁਹਾਨੂੰ ਲੋਕਾਂ ਨੇ ਗ੍ਰੀਨ ਦੀਵਾਲੀ ਮਨਾਈ ਹੈ, ਇਸ ਚੀਜ਼ ਨੂੰ ਮੰਨਦੇ ਹੋ? ਨਹੀਂ, ਗ੍ਰੀਨ ਦੀਵਾਲੀ ਤਾਂ ਯਾਰ ਸਰਕਾਰਾਂ ਕਹਿੰਦੀਆਂ ਨੇ, ਸਰਕਾਰਾਂ ਤਾਂ ਬਹੁਤ ਕੁਛ ਕਹਿੰਦੀਆਂ ਨੇ, ਸਰਕਾਰਾਂ ਨੇ ਕਰਨਾ ਤਾਂ ਕੋਈ ਹੈ ਨਹੀਂ ਆ ਆਪਣੇ। ਆ ਹੁਣ ਜੀਰੇ ਫੈਕਟਰੀ ਦਾ ਰੌਲਾ ਚੱਲਦਾ ਕਿੱਦਣ ਦਾ ਤੁਹਾਨੂੰ ਪਤਾ ਵਾ? ਸ਼ਰਾਬ ਦੀ ਫੈਕਟਰੀ ਦਾ ਰੌਲਾ ਚੱਲਦਾ ਜੀਰੇ, ਉਹ ਬੰਦ ਕਰਵਾ ਦਿਉ ਫੈਕਟਰੀ,
ਉਹਦਾ ਇੰਨਾ ਪੋਲਿਊਸ਼ਨ ਹੋ ਰਿਹਾ, ਪਾਣੀ ਗੰਦਾ ਹੋ ਰਿਹਾ ਵਾ, ਇਹ ਕੋਈ ਪਟਾਕਿਆਂ ਦਾ ਕਹਿੰਦਾ ਕਦੇ ਪੋਲਿਊਸ਼ਨ, ਕੋਈ ਬਹੁਤੀ ਖਾਸ ਗੱਲ ਨਹੀਂ, ਐਵੇਂ ਡਰਾਮੇ ਕਰਦੇ ਆ ਲੋਕ ਸਰ। ਨਹੀਂ ਪਰ ਦੀਵਾਲੀ ਕਾਰਨ ਇੱਕ ਦਿਨ ਦੇ ਵਿੱਚ ਗ੍ਰਾਫ ਉੱਚਾ ਗਿਆ, ਪਰ ਕਿਤੇ ਨਾ ਕਿਤੇ ਗ੍ਰੀਨ ਦੀਵਾਲੀ ਮਨਾਉਣ ਦੀ ਗੱਲ ਕਹੀ ਜਾ ਰਹੀ ਹੈ। ਮੰਨਦਾ ਇੱਕ ਦਿਨ ਚੱਲਿਆ ਗਿਆ ਗ੍ਰਾਫ ਉੱਚਾ ਮੰਨਦੇ ਹਾਂ, ਜਾਂ ਰੋਜ਼ ਫੈਕਟਰੀਆਂ ਜਾਂਦਾ ਉਹ ਵੀ ਦੇਖੋ ਨਾ, ਉਹਦਾ ਵੀ ਜਵਾਬ ਹੈ ਕਿਸੇ ਕੋਲ? ਇੰਨਾ ਫੈਕਟਰੀਆਂ ਨਾਲ ਜਾਂਦਾ ਜਿਹੜਾ ਉੱਤੇ ਗ੍ਰਾਫ, ਕੌਣ ਕਰੂਗਾ ਸੈੱਟ ਉਹਨੂੰ? ਦੀਵਾਲੀ ਨਾਲ ਕਿੰਨਾ ਕੁ ਪੋਲਿਊਸ਼ਨ ਹੋ ਗਿਆ, ਤੇ ਕੋਈ ਖਾਸ ਨਹੀਂ ਹੈ ਗੱਲਾਂ ਦਾ।